ਹਾਂਜੀ ਹੁਣ ਆਪਾਂ ਚੱਲੇ ਸੀ ਟੋਡਰਮੱਲ ਦੀ ਹਵੇਲੀ ਦੇਖਣ ਅਤੇ ਸਵਰਨਾ ਵੀ ਆਪਣੇ ਕੋਲ ਆ ਗਿਆ ਸੀ ਅਤੇ ਹੁਣ ਚੱਲਦੇ ਹਾਂ ਸਾਰੇ ਮੁੰਡੇ ਰੈਡੀ ਨੇ ਹੁਣ ਬਸ ਚੱਲਦੇ ਹਾਂ ਆਪਾਂ ਬਾਈ ਜੀ ਵੀ ਆਪਣੇ ਕੋਲ ਆ ਗਏ ਸੀ ਰਾਤ ਆਹ ਦੋਨੇ ਮੁੰਡੇ ਉਰੇ ਰਹਿਣਗੇ ਚਲੋ ਨਾ ਨਾ ਟਾਈਮ ਨਾਲ ਹੀ ਮੁੜ ਕੇ ਆਵਾਂਗੇ ਚਲੋ ਬਾਈ ਅੱਛਾ ਠੀਕ ਹੈ ਮੈਂ ਇੱਥੋਂ ਸਿੱਖਿਆ ਕਰੂੰ ਤੁਸੀਂ ਅੱਧੀ ਸੰਗਤ ਬਾਈ ਉੱਡ ਗਈ ਸਾਡੀ ਮਸੰਮੀ ਦਾ ਜੂਸ ਪੀਣ ਪਹਿਲਾਂ ਦਹੀਂ ਨਾਲ ਪਰੌਂਠੇ ਮਾਂਜੇ ਫਿਰ ਚਾਹ ਨਾਲ ਪਕੌੜੇ ਤੇ ਜਿਹੜੇ ਤੁਸੀਂ ਬ੍ਰੈਡ ਫਿਰ ਮਾਂਜੇ ਕੀ ਮਾਂਜਿਆ ਫਿਰ ਕੀ ਰਗੜੇ ਸੀ ਆ ਫਿਰ ਇਹਦਾ ਜੂਸ ਰਗੜਿਆ ਗੰਨੇ ਦਾ ਹੁਣ ਰਗੜਨ ਬਾਕੀ ਮਸੰਮੀ ਤੇ ਉਹਦਾ ਅਜੇ ਅੱਗੇ ਹੋਰ ਮਾਂਜਣਗੇ ਰਗੜਨਗੇ ਪਹਿਲਾਂ ਦੇਖ ਲਾ ਕਿੰਨੀ ਨੀਵੀਂ ਸੀ ਉਸ ਜ਼ਮਾਨੇ 'ਚ ਕਿਵੇਂ ਲੈਟਰ ਪਾਇਆ ਹੋਇਆ ਦੇਖ ਚਾਰ ਮੰਜ਼ਲੀ ਉਹ ਜ਼ਮਾਨੇ ਦੀ ਆ ਲੱਟਾਂ ਨੇ ਬਹੁਤ ਕਰਨੀ ਚੂਨੇ 'ਚ ਲੱਗੀ ਹੋਈ ਆ ਸਾਰੀ ਹਵੇਲੀ ਆਹ ਨੌਕਰ ਦਾ ਕਮਰਾ ਸੀ ਲਾਂਗਰੀ ਦਾ ਆਏ ਦੇਖੇ ਉੱਤੇ ਚੜ ਕੇ ਆਜੋ ਚੱਲ ਥੱਲੇ ਉਹੀ ਤਾਂ ਗੱਲ ਆ ਦੇਖੀ ਇੱਕ ਪਾਸਾ ਜਿਹਾ ਖੜਾ ਕਿਵੇਂ ਲੈ ਕਿਲੋ ਪੱਕੇ ਪਕੌੜੇ ਮਾਂ ਤੇ ਹਜੇ ਹਟਦੇ ਨਹੀਂ ਹੈਗੇ ਖਾਣ ਕੋ ਬੈਠਾ ਬੁਰਾ ਲੈ ਓਏ ਦੀਪੂ ਲੈ ਦੇ ਦੇ ਪਹਿਲਾਂ ਇਹਨੂੰ ਫਰੀ ਗਲਾਸ ਆ ਫਰੀ ਲੰਗਰ ਜੂਸ ਦਾ ਲੰਗਰ ਆ ਪੁਰਾਣੀ ਟੈਕਨੀਕ ਬਈ ਫੁੱਲੇ ਭੁੰਨਣ ਦੀ ਅੱਜ ਕੱਲ ਤਾਂ ਮਸ਼ੀਨਾਂ ਹੀ ਨਾਲ ਭੁੰਨਦੇ ਨੇ ਆ ਬਾਈ ਅਜੇ ਵੀ ਪੁਰਾਣੇ ਜਗਾੜ ਨਾਲ ਫੁੱਲੇ ਭੁੰਨਦਾ ਚੱਲ ਪਏ ਮੁੰਡੇ ਰੇਲ ਗੱਡੀ ਦੀ ਲੈਣ ਤੇ ਚੜ ਗਏ ਮੁੰਡੇ ਰੇਲ ਗੱਡੀ ਦੀ ਲੈਣ ਤੇ ਹੁਣ ਸਿੱਧੇ ਹੋਣਗੇ ਪਿੰਡ ਨੂੰ ਕਿਹੜਾ ਅੱਛਾ ਆਪਣਾ ਹੋਣਾ ਕੋਈ ਫੈਨ ਨਾ ਮੈਂ ਫੈਨ ਫੋਨ ਤਾਂ ਕਰਨੇ ਆਪਣੇ ਆਪਣੀ ਕੋਠੀ ਕਿਤੇ ਜਿਹਦੀ ਕੋਠੀ ਆ ਬਲੌਗ ਦੇਖ ਲੇ ਚੱਲ ਪਏ ਮੁੰਡੇ ਕਹਿੰਦੇ ਆਮ ਖਾਸ ਬਾਗ ਨੂੰ ਚੱਲ ਰਹੇ ਨੇ
बड़ी सोहनी है बहुत ज्यादा केले भी लग रहे ने छोटी छोटी केलियां हजे वड्डे होणगे हजे यार एक गल है बिल्कुल देखो भाई बेली बेल बचाने का तरीका सब तो बेस्ट है सोलर बेटा ਇਹਦਾ ਹੈਗੀ ਆ ਫਿਰ ਬੈਸਟ ਉਹ ਸਾਨੂੰ ਲੱਗਾ ਕੁੜੀ ਦੇ ਬਾਹਰ ਕੀ ਨਹੀਂ ਉਹ ਬਾਪ ਨਹੀਂ ਦੁਬਾਰੇ ਭਾਈ ਕੋਟ ਬੜਾ ਇਹ ਐਨਕਾ ਲਾ ਕੇ ਦਿਖਾ ਇਹ ਆਹਾ ਸਵਿਮ ਸੂਟ ਆਹ ਬੜਾ ਕੋਟ ਆਹ ਲੈ ਸਵਰ ਨੇ ਦੂਤਾ ਆਹ ਕੋਟ ਲੈ ਕੋਟਾਂ ਦੀ ਸੇਲ 200 ਰੁਪਈਆ ਸੇਲ 200 ਰੁਪਈਆ ਸੇਲ ਜਿਪ ਲਾ ਦੇ ਯਾਰ ਆ ਤੇਰੇ ਤਾਂ ਆਹੀ ਸਹੀ ਆ ਉਹ ਆਹ ਲੈ ਲਾ ਸਹੀ ਆ ਓਏ ਆਪਾਂ ਅੱਗੇ ਤਾਂ ਦੇਖ ਲੈ ਐਨਕਾ ਲਾ ਕੇ ਦੇਖ ਲਈਆਂ ਐਨਕਾ ਬੜੀਆਂ ਨੇ ਨਾਲ ਆਹ ਦੇਖਿਆ ਆਪਾਂ ਆਹ ਕੀ ਚੀਜ਼ ਆ ਕੱਪੜਾ ਕਿਵੇਂ ਆ ਇਹ ਜੰਮੀ ਦੇਖੀਆਂ ਇਹ ਰੂਈ ਆ ਹਨਾ ਯਾਰ ਇਹ ਜੰਮੀ ਆ ਹੁਣ ਮਾੜੀ ਜਿਹੀ ਇਕੱਠਾ ਹੁੰਦਾ ਜੰਮੀ ਜਿਹੜੇ ਬਾਹਰ ਆਪਣੇ ਕੋਲ ਪੈਕ ਕਰ ਜੰਮੀ ਰਾਈਆਂ ਹੁੰਦੀਆਂ ਨੇ ਹਵਾ ਜੀ ਭਰ ਜਾਂਦੀ ਆ ਨਾ ਹਵਾ ਜੀ ਬਸ ਆਈ ਮੋਸ ਕੇ ਜਾਈ ਕਰ ਲਾ 1000 ਦੀਆਂ 5000 ਦੀਆਂ 5 200 ਰੁਪਏ ਦੀ ਇੱਕ ਜੀ ਨੇ 1000 ਦੀਆਂ 5 ਸਵਰਨੇ ਹੋਰ ਲੈਣ ਵੰਡਰੇ ਨੇ 200 ਦੀ ਇੱਕ 1000 ਦੀਆਂ 5 ਦੇਖੋ ਆਪਣੇ ਕਰੇ ਲੈਣ ਦੇ ਕਿ ਘੱਟ ਘੱਟ ਦੌਲੀਆਂ 900 ਵਾਲੀਆਂ ਤਾਂ ਵਧੀਆ ਹੀ ਨੇ ਹੋਰ ਯਾਰ ਕਰੇ ਮੈਂ ਹੈ ਨਹੀਂ ਦੱਸ ਲੈ ਕੁੜੀ ਦਾ ਲੱਗੀ ਹੋਈ ਜਿਹੜੇ ਦੇਖਦੇ ਮੁੜਦੇ ਹੋਏ ਦੇਖ ਲਈ ਨਹੀਂ ਚੱਲੇ ਹੁਣ ਆਪਾਂ ਲਾਲ ਕਿਲੇ ਵਿੱਚ ਲਾਲ ਕਿਲੇ ਨਹੀਂ ਓਏ ਆਮ ਖਾਸ ਬਾਗ ਚ ਆਮ ਖਾਸ ਬਾਗ ਚ ਬੜਿਆ ਲਾਲ ਕਿਲੇ ਦਾ ਆਇਆ ਕਈ ਵਾਰ ਕਮੈਂਟਰੀ ਚ ਗਲਤੀ ਹੋ ਹੀ ਜਾਂਦੀ ਹੈ ਐ ਕਿਵੇਂ ਹੋ ਜਾਂਦੀ ਹੈ ਕਾਹਦਾ ਬਲੌਗਰ ਤੂੰ ਕੈਮਰਾ ਆ ਲੈ ਤੂੰ ਕਰ ਫਿਰ ਆ ਲੈ ਮੈਂ ਕੱਲ ਕਰਿਆ ਮੈਂ ਕੱਲ ਵਾਲਾ ਬਲੌਗ ਮੈਂ ਹੀ ਬਣਾਇਆ ਆ ਦੇਖੋ ਆ ਪੁਲਿਸ ਪੰਜਾਬ ਪੁਲਿਸ ਖੜੀ ਹੋ ਰਹੀ ਵਧੀਆ ਕਿਲਾ ਹੈ ਬਹੁਤ ਪੁਰਾਣਾ ਹੈ ਨੋ ਚੇਂਜ ਓਏ ਬੈਟਰੀ ਵਾਲਾ ਮੈਸੇਜ ਆ ਗਿਆ ਚਲੋ ਭਾਈ ਹੋਰ ਕਿਤੇ ਕਰ ਲੈਂਦਾ ਆ ਗਏ ਭਾਈ ਆਪਾਂ ਰਾਜੇ ਦੇ ਅੰਦਰ ਰਾਜੇ ਦੇ ਅੰਦਰ ਨਹੀਂ ਰਾਜੇ ਦਾ ਕਿਲੇ ਦੇ ਅੰਦਰ ਆ ਭਈਆ ਖੂਹ ਆ ਕਿੰਨਾ ਕਢੂੰਗਾ ਬਈ ਇਹ ਕੁਛ ਨੇ ਤਾਂ ਕੱਢ ਲਿਆ ਮਗਰ ਰੱਸੀਆਂ ਲਾ ਕੇ ਕਿੰਨਾ ਕਿੰਨੀਆਂ ਕਲਾਏਗਾ ਅੱਗੇ ਚਲੋ ਅੱਗੇ ਆ ਜਾਓ ਭਈਆ ਪੁਰਾਣਾ ਕਿਲਾ ਕਾ ਜੀਪੀ ਗਰੇਵਾਲ ਦੀ ਫਿਲਮ ਦੇ ਵਿੱਚ ਨਹੀਂ ਖੂਹ ਜਾ ਪੈਸੇ ਲੈ ਕੇ ਕਰਦੇ ਨੇ ਉਹ ਵੀਰੇ ਉੱਥੇ ਉਹਦੇ ਵਿੱਚ ਬੈਠ ਕੇ ਗਿਣਦੇ ਹੁੰਦੇ ਨੇ ਅੱਛਾ ਇਹੀ ਆ ਪੈਸੇ ਕਰ ਆ ਗਏ ਨਹੀਂ ਵਾਪਸ ਵਿੱਚੀ ਪੈਣ ਜਿਹੜਾ ਕੱਲੇ ਕੱਟਦੇ ਨੇ ਕੱਢੋ ਪੈਸੇ हरजिंदरा बनाया होया राजे ने एक तो रात नूं ਪ੍ਰੇਤ ਆਤਮਾ ਹੋ ਜੇ ਕਿਤੇ ਰਾਜੇ ਦੀ ਪ੍ਰੇਤ ਆਤਮਾ ਹੋ ਜੇ ਕਿਤੇ ਹੈ ਉਹ ਆ ਕੀ ਚੀਜ਼ ਆ ਉਹ ਖੁੱਡ ਜੀ ਐਡਾ ਕੀ ਰਾਜਾ ਕੁੰਭਕਰਨ ਸੀ ਇਹਨਾਂ ਨੇ ਥਾਂ ਥਾਂ ਤੇ ਨਹਾਉਣ ਵਾਲੇ ਪੂਲ ਬਣਾ ਰੱਖੇ ਨੇ ਹੈਲੋ ਹੈਲੋ ਚੜੇਲ ਆ ਗਈ ਜੀ
गैरी लव गुरी आ गया खजाना बनाई निकी निकी इधरले पासे पता गल की है लगो के रखना मा शाही माल मैं दसदा और की चीज जमे ओ खासियां रानियां सी है ना भी जदों एक चेक करना आंदी सी इतना ओ इतना लगो हुंदा सी उनां ने आ जाओ बाहर अच्छा इधर गन माइना का है राहुल एंजल पाप निकलदी इहदे विच दी तेनू बड़ा पता है आराम रहिंदा रहा है पिछले जन्म च इधर रह गया चलो केड़ा पिंड बनाडे लवे गड़ौती अच्छा गड़ौती साडा गोविंदपुरा ब्रिटेन लवे गोविंदपुरा ਸਾਡਾ ਬ੍ਰਿਟੇਨ ਲਵੇ ਗੋਬਿੰਦਪੁਰਾ ਗੋਬਿੰਦਪੁਰ ਪਹਿਲਾਂ ਡੈਡੀ ਹੁਰੀ ਲਾਇਆ ਕਰਦੇ ਅੱਛਾ ਪੜਦਾਦਿਆਂ ਦੀ ਇਹਨਾਂ ਦੀ ਚੱਲੀ ਆ ਰਹੀ ਆ चार पाया कर राजे फल लगे बूटिया ने उरों ਬਾਹਰੋਂ ਨਹੀਂ ਆਇਆ ਹੋਇਆ ਕੋਈ ਫਲ ਇਹ ਟੱਚਿੰਗ ਟੱਚਿੰਗ ਕਰਕੇ ਆ ਜਾਂਦਾ ਹੁੰਦਾ ਹਾਂ ਬੂਟੇ ਨਾਲ ਮੂੰਹ ਪੈਰ ਬਹੁਤ ਸੀ ਰਾਜ ਦਾ ਆ ਤੱਕੜੀ ਵੀ ਉਦੋਂ ਦੀ ਆ ਯਾਰ ਲੱਗ ਰਹੀ ਆ ਬੱਟੇ ਨੂੰ ਵੀ ਤੱਕੜੀ ਨੂੰ ਵੀ ਤੱਕੜੀ ਵੀ ਉਦੋਂ ਦੀ ਆ ਰਾਜ ਵੇਲੇ ਦੀ ਤੇ ਬਾਕੀ ਬਹੁਤ ਯਾਰ ਉਹਨਾਂ ਨਾਲ ਵੀ ਬਹੁਤ ਸੀਗਾ ਫਲਾਂ ਨਾਲ ਵੀ ਬਹੁਤ ਗੜਾ ਕੇ ਮੈਂ ਕਹਿੰਦਾ ਗਰੰਟੀ ਦਿੱਤੀ ਆ ਅਗਲਾ ਕਹਿੰਦਾ ਜੇ ਗੜਾ ਅਮਰੂਦ ਮੇਰੀ ਗਰੰਟੀ ਆ ਕਹਿੰਦਾ ਯਾਰ ਕਿਉਂ ਰਾਜ ਵੇਲੇ ਦੇ ਨੇ ਬਾਈ ਸਹੀ ਗੱਲ ਆ ਸਹੀ ਗੱਲ ਆ ਰਾਜ ਦੇ ਲਾਏ ਹੋਏ ਨੇ ਨਾ ਇਹ ਗੁਰੂ ਹਾਂ ਆਮ ਖਾਸ ਬਾਗ ਆ ਜਿਹੜਾ ਸੀਤਾ ਫਲ ਹੈ ਨਾ ਉਹ ਕਹਿੰਦੇ ਹਲੇ ਆਇਆ ਨਹੀਂਗਾ ਵੀ ਉਹ ਕਹਿੰਦੇ ਵੀ ਠੀਕ ਆ ਸੀਤਾ ਫਲ ਕਿਹੜਾ ਹੁੰਦਾ ਹੈਗਾ ਸੀਤਾ ਫਲ ਕਿਹੜਾ ਹੁੰਦਾ ਕਿਹੜਾ ਉਹ ਰਾਜਾ ਸਪੈਸ਼ਲ ਖਾਇਆ ਕਰਦਾ ਅੱਛਾ ਉਹਦਾ ਜੂਸ ਮਿਲਦਾ ਡਰੈਗਨ ਫਰੂਟ ਇਹਦੇ ਵਿੱਚ ਆ ਮਥਰਾ ਦੇ ਵਿੱਚ ਉਹ ਰਾਜੇ ਨੇ ਉਰੇ ਵੀ ਲਵਾਇਆ ਹੋਇਆ ਸੀਗਾ ਉਹ ਰਾਜਾ ਕਹਿੰਦਾ ਮੈਂ ਸਪੈਸ਼ਲ ਪੀਂਦਾ ਹੁੰਦਾ ਸੀ ਮਤਲਬ ਸ਼ਿਵ ਜੀ ਦੀ ਜਗ੍ਹਾ ਹੈਗੀ ਨਾ ਅੱਛਾ ਤੇ ਸੀਤਾ ਫਲ ਹੋਊਗਾ ਹੀ ਹੋ ਆਹ ਰਾਜੇ ਦੇ ਬੁੱਟੇ ਦਾ ਫਲ ਖਾ ਕੇ ਦੇਖਦੇ ਆ ਆਹ ਨੂੰ ਕੀ ਖਾ ਕੇ ਦੇਖੋ
ਮਸੜਾ ਹੁਣ ਕਹਿਣ ਵਾਲਾ ਜੀ ਆ ਸਬਾਲ ਬੰਦਾ ਓਏ ਇਹ ਪਰ ਰਾਜੇ ਬਲੇ ਤਾਂ ਨਾ ਆ ਦੇ ਕੋਈ ਕੀੜਾ ਨਹੀਂ ਕੁਛ ਨਹੀਂ ਸਾਫ ਹੈ ਰਾਜੇ ਨੇ ਗਾਰੰਟੀ ਦਿੱਤੀ ਦੀ ਉਹਨਾਂ ਦੀ ਫੜ ਲਓ ਰਾਜੇ ਦਾ ਸਪਰੇਅ ਪਾਇਆ ਕਰਦਾ ਜੀ ਆਜੋ 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 ਰਾਜੇ ਨੇ ਤਵੀਆਂ ਤੁਹਾਨੂੰ ਦਿਖਾਉਣੀਆਂ ਸੀ ਬਈ ਕੱਲ ਨੂੰ ਸਵੇਰ ਉਹ ਹਨੇਰਾ ਹੋ ਗਿਆ ਤਾਂ ਨਹੀਂ ਦਿਖਾਈਆਂ ਆ ਦੇਖ ਨਹੀਂ ਰਿਹਾ ਬਲੌਗ ਦੇ ਵਿੱਚ ਪੜ੍ਹੀ ਹੈ ਸਵਾਲ ਜਵਾਬ ਲਿਖੇ ਹੈ ਉਹਨਾਂ ਦਾ ਪੂਰਾ ਕੀ ਇਤਿਹਾਸ ਹੈ ਉਹ ਸਾਰਾ ਇਤਿਹਾਸ ਨਿਕਲ ਕੇ ਆ ਜਾਏਗਾ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਵਿੰਦਰ ਸਿੰਘ ਜੀ ਨੌਜਵਾਨ ਸਭਾ ਵਿਦੋਸ਼ੀ ਕਲਾ ਤੋਂ ਬੇਨਤੀ ਹੈ ਜੀ ਉਹ ਆ ਕੇ ਬੱਚੇ ਨੂੰ ਇਹ ਇਨਾਮ ਦੇਣ ਜੀ ਸੋ ਇਹਨਾਂ ਨੌਜਵਾਨਾਂ ਵੱਲੋਂ ਅੱਜ ਦਾ ਜਿਹੜਾ ਉਪਰਾਲਾ ਉਹ ਲਿਖਿਆ ਗਿਆ ਤੇ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਜੀ ਨੂੰ ਕਿ ਉਹ ਇਨਾਮ ਬੱਚਣ ਦੇਣ ਗੱਜ ਕੇ ਜਕਾਰਾ ਲਾ ਦਿਓ ਜੀ ਸਤਿ ਸ੍ਰੀ ਅਕਾਲ ਸੋ ਬੇਟੇ ਬਹੁਤ ਵਧੀਆ ਅਗਲਾ ਸਵਾਲ ਤੁਹਾਡੀ ਸਕਰੀਨ ਤੇ ਜੀ ਸਿੱਖ ਇਤਿਹਾਸ ਦਾ ਸਭ ਤੋਂ ਵੱਡੇ ਆਕਾਰ ਦਾ ਸਰੋਵਰ ਕਿੱਥੇ ਹੈ ਤਰਨ ਤਾਰਨ ਅੰਮ੍ਰਿਤਸਰ ਗੋਇੰਦਵਾਲ ਜਾਂ ਹਜ਼ੂਰ ਸਾਹਿਬ ਸਮਾਂ ਸ਼ੁਰੂ ਹੈ ਬਲੌਕ ਕਰ ਦਈਏ ਜੀ ਤੁਹਾਡਾ ਜਵਾਬ ਹੈ ਤਰਨ ਤਾਰਨ ਬਿਲਕੁਲ ਸਹੀ ਜਵਾਬ ਹੈ ਜੀ ਡੋਗਰ ਉਰੇ ਆਏ ਹੋਏ ਨੇ ਆਪਣੀ ਸੰਗਤ ਉਰੇ ਲੰਗਰ ਖਾ ਰਹੀ ਹੈ ਮੇਰੇ ਵੀਰੋ ਕਹਿੰਦੇ ਡੋਗਰ ਪਹੁੰਚ ਗਿਆ।